ओ हाँ भी शिकारियों कल कहते कनेडा के यूट्यूब ट्रेंडिंग पेज से पहले तीन गाने सिद्धू मूसेवाले चल रहे थे। बहुत बड़ी गल है यार ये किसी भी पंजाबी सिंगर लई। तो दलजीत दसांझ नूं भी एक बहुत वड्डे अमेरिकन बिजनेसमैन कह लो एंटरप्रेन्योर पता नहीं किहड़े स्टाइल जिहा बोली दा एंटरप्रेन्योर नूं पता नहीं की कहिंदे आ Entrepreneur ਜਾਣੀ ਕਹਿ ਲਓ ਵੀ ਜਿਹੜੇ ਨਿਊ ਕੰਪਨੀਆਂ ਜਾਂ ਨਿਊ ਆਈਡੀਆਜ਼ ਦੇ ਵਿੱਚ ਪੈਸੇ ਲਾ ਕੇ ਹੈਲਪ ਕਰਦੇ ਨੇ ਨਵੇਂ ਬੰਦਿਆਂ ਦੀ ਕੰਪਨੀ ਨੂੰ ਸਟਾਰਟ ਕਰਨ ਲਈ। ਜੇਸਨ ਨਾਮ ਆ, ਜਾਣੀ ਕਾਫੀ ਉਹਨੇ ਕੰਪਨੀਆਂ ਜਿਵੇਂ ਉਬਰ ਆ ਜਿਹੜੀ ਉਹ ਟੈਕਸੀ ਵਾਲੀ, ਰੋਬਿਨ ਹੁੱਡ ਜਿਹੜੇ ਸ਼ੇਅਰ ਸ਼ੁਰੂ ਖਰੀਦਿਆ ਬਾਹਰਲੀ ਕੰਪਨੀ, ਤੇ ਹੋਰ ਬਹੁਤ ਅਜਿਹੀਆਂ ਕੰਪਨੀਆਂ ਨੇ ਜਿਹਦੇ ਵਿੱਚ ਉਹਨੇ ਪੈਸੇ ਲਾਏ ਸੀ ਤੇ ਸਟਾਰਟ ਕੀਤੀਆਂ ਸੀਗੀਆਂ। ਜਾਣੀ ਉਹਨੂੰ ਲੱਗਿਆ ਵੀ ਇਹ ਆਈਡੀਆ ਹਿੱਟ ਹੋ ਸਕਦਾ, ਉਹਨਾਂ 'ਚ ਪੈਸੇ ਲਾਏ ਤੇ ਉਹ ਅੱਜ ਕੰਪਨੀਆਂ ਸਿਰੇ 'ਤੇ ਨੇ। ਤੇ ਜੇਸਨ ਬਾਈ ਨੇ ਦਲਜੀਤ ਦਾ ਗਾਣਾ ਸ਼ੇਅਰ ਕੀਤਾ ਤੇ ਕਿਹਾ ਵੀ ਮੈਨੂੰ ਵੀ ਕਿਸੇ ਵੀਡੀਓ 'ਚ ਲੈਣੀ ਪਿੱਛੇ ਹਾਈਪਮੈਨ ਜੀ ਦੇ ਤੌਰ 'ਤੇ ਵੀ ਟੱਪਣ ਟੁੱਪਣ ਨੂੰ ਰੌਲਾ ਰੂੜਾ ਪਾਉਣ ਨੂੰ। ਦਲਜੀਤ ਕਹਿੰਦਾ ਕੋਈ ਨਾ, ਐਨੀ ਟਾਈਮ ਬ੍ਰਦਰ। ਬਹੁਤ ਵਧੀਆ ਲੱਗਦਾ ਯਾਰ, ਬਾਹਰਲੇ ਵੀ ਦੇਖ ਲਾ ਆਪਣੇ ਬੰਦੇ ਉਹਨੂੰ ਸਪੋਰਟ ਕਰਦੇ ਨੇ। ਇੱਥੇ ਤਾਂ ਅਮੈਰੀਕਾ ਦਾ ਬਿਜ਼ਨਸਮੈਨ ਆ, ਨਾਲੇ ਬਹੁਤ ਮਸ਼ਹੂਰ ਆ ਉੱਧਰ, ਉਹਨੂੰ ਦੇਖ ਲਓ ਕਿੱਥੋਂ ਪਤਾ ਲੱਗ ਗਿਆ। ਲੋਕ ਆਪਣੇ ਐਂ ਕਹੀ ਜਾਂਦੇ ਨੇ ਵੀ ਬਸ ਪੰਜਾਬੀ ਗਾਣਾ ਤਾਂ ਪੰਜਾਬੀ ਓ ਸੁਣਦੇ ਨੇ, ਵੀ ਵਿਊ ਇੰਨੇ ਕਿਵੇਂ ਹੋ ਗਏ। ਇਹ ਗੱਲਾਂ ਤਾਂ ਬਹੁਤ ਅੱਗੇ ਚਲੇ ਗਿਆ। ਇੱਕ ਤਾਂ ਨਹੀਂ ਸਾਊਂਡ ਆ, ਹੁਣ ਆਹ ਪਿੱਛੇ ਜਿਹਨੂੰ ਡੈਸਪੋਸੀਟੋ ਗਾਣਾ ਫੇਮਸ ਹੋਇਆ ਸੀ, ਕਿਸੇ ਨੂੰ ਪਤਾ ਨਹੀਂ ਸੀ ਕੀ ਕਹਿੰਦਾ, ਬਸ ਉਹੀ ਲੋਕ ਵਾਈਬ ਜੀ ਕਰੀ ਜਾਂਦੇ ਨੇ। ਇੱਕ ਆਹ ਵੁਪਟੀ ਆਇਆ ਸੀਗਾ, ਇਹ 'ਤੇ ਵੀ ਲੋਕ ਕਈਆਂ ਨੂੰ ਅਜੇ ਐਗਜੈਕਟ ਲਿਰਿਕਸ ਪਤਾ ਨਹੀਂ ਸੀ ਵੀ ਕੀ ਕਹਿ ਰਹੇ ਆ, ਫਿਰ ਵੀ ਜਾਣੀ ਸਾਊਂਡ ਜੀ ਵਧੀਆ ਸੀ। ਐਵੇਂ ਹੁਣ ਆਪਣੇ ਪੰਜਾਬੀ ਗਾਣੇ ਵੀ ਫਿਰ ਬਾਹਰਲੇ ਦੇਸ਼ਾਂ ਤੱਕ ਪਹੁੰਚ ਕਰ ਰਹੇ ਨੇ ਵੀਰੇ। ਬਾਹਰਲੇ ਬੰਦੇ ਤਾਂ ਦੇਖ ਲਓ ਸਪੋਰਟ ਕਰਦੇ ਆ, ਆਪਣੇ ਵਾਲੇ ਥੋੜੇ ਜਿਹੇ ਇਲਤਾਂ ਕਰਦੇ ਆ। ਚੱਲ ਕੋਈ ਨਾ, ਆਪਣੇ ਵਾਲੇ ਵੀ ਕਰਨ ਲੱਗ ਜਾਣਗੇ ਸਪੋਰਟ, ਜਦ ਹੋ ਗਿਆ ਸਿਸਟਮ। ਦਲਜੀਤ ਪਹਿਲਾਂ ਸਾਊ ਜਿਹਾ ਬੰਦਾ ਲੱਗਦਾ ਹੁੰਦਾ ਸੀਗਾ ਵੀ ਆਪਣਾ ਬਸ ਕੰਮ ਕਾਰ ਕਰਦਾ ਵੀ, ਬਸ ਚੁੱਪਚਾਪ ਜਿਹਾ ਰਹਿੰਦਾ ਵੀ, ਪਰ ਜਦੋਂ ਇਹਨੇ ਕੰਗਣਾ ਦੀ ਮੰਜੀ ਠੋਕੀ ਨਾ, ਇਹ ਚੀਜ਼ ਲਈ ਤਾਂ ਗੋਟ ਆ ਵੀ ਦਲਜੀਤ, ਕੋਈ ਨਹੀਂ ਠਕਰਾ ਸਕਦਾ ਵੀ ਬੰਦਾ ਖਤਰਨਾਕ। ਬਾਕੀ ਤੁਹਾਨੂੰ ਇੱਕ ਆਹ ਪੁਰਜੇ ਜੇ ਤੋਂ ਜਾਣੂ ਕਰਾਉਣਾ, ਆਹ ਤੁਹਾਨੂੰ ਜੀ ਸ਼ਿਟ ਜਿਹੜਾ ਨਵਾਂ ਗਾਣਾ ਆਇਆ ਇਹ 'ਚ ਤੁਸੀਂ ਆਹ ਸੁਣਿਆ ਹੋਊਗਾ, ਕਰੂ ਕਿਹੜਾ ਪਾਸ ਆ ਪਿੱਛੇ ਟੁਣੂ ਨੂੰ ਜੀ ਨਹੀਂ ਬਚਦੀ ਸਾਲੀ, ਜਿਹੜਾ GTA San Andreas ਦਾ ਮਿਊਜ਼ਿਕ ਜਿਹਾ ਉਹ 'ਚ ਵੀ ਇਹ ਹੁੰਦੀ ਆ, ਇਹਦੇ ਕਰਕੇ ਸਾਰਾ ਗਾਣਾ ਬਹੁਤ ਘੈਂਟ ਲੱਗਦਾ। ਇਹ ਚੀਜ਼ ਨੂੰ ਪਤਾ ਕੀ ਕਹਿੰਦੇ ਆ, ਫਲੈਕਸਾ ਟਿਊਨ, ਆਹ ਚੀਜ਼ ਆ ਇਹ। ਇੱਕ ਤਰ੍ਹਾਂ ਦਾ ਇੰਸਟਰੂਮੈਂਟ ਹੈ ਜਾਣੀ, ਅਜੀਬ ਜਿਹੇ ਤਰੀਕੇ ਦਾ ਇੰਸਟਰੂਮੈਂਟ ਆ ਇਹ ਜਾਣੀ। ਊਂ ਮੈਨੂੰ ਬਾ ਕੇ ਚੱਲ ਦੱਸਦੀ ਆਪਣੇ ਬੰਦਿਆਂ ਨੂੰ, ਪਤਾ ਲੱਗਦਾ ਰਹਿੰਦਾ ਵੀ ਕੀ ਵੱਜਿਆ ਹੋਇਆ। ਫਲੈਕਸਾ ਟੂਨ ਆ ਇਹਨੂੰ ਕਹਿੰਦੇ ਆ। ਵਜ਼ੀਰ ਆ ਜਿਹੜਾ, ਵਜ਼ੀਰ ਇਹ ਵੀ ਕਾਫੀ ਗਾਣਿਆਂ 'ਚ ਪਾਉਂਦਾ ਰਹਿੰਦਾ ਸੈਂਪਲ ਇਹਦੇ। ਇੱਕ ਬੜਾ ਰੌਲਾ ਜਿਹਾ ਪਿਆ ਯਾਰ, ਕਹਿੰਦੇ ਸਿੱਧੂ ਮੂਸੇਵਾਲੇ ਨੂੰ ਮਿਲਣ ਗਿਆ ਕੋਈ ਮੁੰਡਾ, ਤੇ ਪਤਾ ਨਹੀਂ ਰਿਪੋਰਟਰ ਵੀ ਨਾਲੇ ਲੈ ਗਿਆ ਸੀ। ਜਾਣੀ ਵੀਡੀਓ ਜੀ ਆਈ ਆ ਵੀ ਮਿਲਣ ਗਿਆ ਸੀ ਸਿੱਧੂ ਨੂੰ, ਉੱਥੇ ਮਿਲ ਨਹੀਂ ਹੋਇਆ ਵੀ ਸਿੱਧੂ ਅਵੇਲੇਬਲ ਨਹੀਂ ਸੀ, ਜਾਂ ਪਰਸਨਲ ਕੋਈ ਚੀਜ਼ ਸੀਗੀ ਵੀ ਅਜੇ ਕਿਤੇ ਕੰਮ ਕਰ ਰਿਹਾ ਸੀ, ਇਹ ਉਹ ਕੁਛ ਹੋਣਾ, ਤੇ ਉਹ ਸਿੱਧੂ ਦੇ ਫਿਰ ਖਿਲਾਫ਼ ਬੋਲਣ ਲੱਗ ਗਿਆ। ਐਵੇਂ ਉਹ ਸੇਮ ਤਰਸੇਮ ਜੱਸੜ ਨਾਲ ਵੀ ਹੋਇਆ ਸੀਗਾ, ਉਹਦੇ ਘਰ ਵੀ ਕੋਈ ਗਿਆ ਸੀਗਾ ਪਰ ਉਹਨੂੰ ਮਿਲ ਨਹੀਂ ਦਿੱਤਾ ਗਿਆ, ਪਰ ਉਹ ਬਾਈ ਨੇ ਖਿਲਾਫ਼ ਇਹ ਵੀਡੀਓ ਬੋਲ ਕੇ ਪਾਤੀ। ਇਹਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਜੀ ਤਰਸੇਮ ਜੱਸੜ ਬਾਈ ਨੇ। ਮੈਂ ਗਿਆ ਤੁਹਾਡੇ ਘਰੇ ਤੁਹਾਨੂੰ ਮਿਲਣ, ਠੀਕ ਹੈ ਜੀ। ਪਹਿਲੀ ਗੱਲ ਤੁਹਾਨੂੰ ਬਿਨਾਂ ਪੁੱਛੇ ਦੱਸੇ ਚਲਿਆ ਗਿਆ, ਉਹ ਤੋਂ ਬਾਅਦ ਚਲਿਆ ਗਿਆ। ਮੈਂ ਤੁਹਾਨੂੰ ਇੰਤਹਾ ਪਿਆਰ ਕਰਦਾ ਤੇ ਮੇਰਾ ਉਹ ਪਿਆਰ 2 ਮਿੰਟ ਬਾਅਦ ਤੁਹਾਡੇ ਲਈ ਐਡੀ ਬੜੀ ਨਫ਼ਰਤ ਬਣ ਗਿਆ ਵੀ ਮੈਂ ਤੁਹਾਨੂੰ ਸਾਰੀ ਦੁਨੀਆ ਸਾਹਮਣੇ ਐਂ ਕਰਤਾ ਵੀ ਉਹ ਤੋਂ ਮਾੜਾ ਬੰਦਾ ਦੁਨੀਆ 'ਤੇ ਨਹੀਂ। ਬਾਕੀ ਯਾਰ ਅਫਗਾਨਿਸਤਾਨ ਦੇ ਲੋਕਾਂ ਲਈ ਅਰਦਾਸ ਕਰੋ ਵੀਰੇ, ਅਮਰੀਕਾ ਦੀ ਆਰਮੀ ਹੈ ਜਿਹੜੀ ਉੱਥੋਂ ਅਫਗਾਨਿਸਤਾਨ ਛੱਡ ਕੇ ਚਲੇਗੀ, ਹੌਲੀ ਹੌਲੀ ਜਾ ਰਹੇ ਨੇ ਜਾਣੀ। ਪਹਿਲਾਂ ਤੁਹਾਨੂੰ ਪਤਾ ਹੀ ਆ 20 ਸਾਲ ਪਹਿਲਾਂ ਇਹਨਾਂ ਨੇ ਅਫਗਾਨਿਸਤਾਨ ਇਹ ਆਏ ਸੀਗੇ, ਜਦ ਤਾਲਿਬਾਨ ਨੇ ਬਹੁਤ ਅੱਤ ਚੱਕ ਲਈ ਸੀ ਅਫਗਾਨਿਸਤਾਨ 'ਚ, ਤਾਂ ਕਰਕੇ ਵੀ ਉੱਥੇ ਦੇ ਲੋਕਾਂ ਨੂੰ ਅਤੇ ਉੱਥੇ ਦੀ ਮਿਲਟਰੀ ਨੂੰ ਪਾਵਰ ਦਿੱਤੀ ਜਾਵੇ ਵੀ ਟ੍ਰੇਨ ਕੀਤਾ ਜਾਵੇ। ਜਾਣੀ ਆਪਣੇ ਵੀ ਇਹਨਾਂ ਦੇ ਕੁਛ ਪਰਸਨਲ ਇੰਟਰਸਟ ਵੀ ਹੁੰਦੇ ਨੇ, ਥੋੜ੍ਹੀ ਬਹੁਤੀ ਪਰੋਂ ਪਰੋਂ ਸ਼ੋਅ ਵੀ ਕਰਨੀ ਹੁੰਦੀ ਆ ਫਿਰ ਅਮਰੀਕਾ ਨੇ ਵੀ, ਅਸੀਂ ਬਹੁਤ ਹਿਊਮਨ ਰਾਈਟਸ ਦੇ ਰਾਖੇ ਹਾਂ ਨਾ। ਪਰ ਜਾਣ ਲੱਗੇ ਨਾ ਕਈ ਜਿਹੜੀਆਂ ਗੱਡੀਆਂ ਸੀ ਮਾੜੀ ਮੋਟੀ ਖਰਾਬੀ ਸੀ ਜਿਹਨਾਂ 'ਚ, ਪਰ ਹੈ ਸੀਗੀਆਂ ਉਹ ਮਿਲਟਰੀ ਗ੍ਰੇਡ, ਅਤੇ ਕਈ ਟੈਂਕ ਸੀਗੇ, ਕਈ ਅਸੋਲਟ ਰਾਈਫਲਾਂ ਜੇ ਉਹ ਮਾੜਾ ਮੋਟਾ ਜਾਣੀ ਜੰਗੀ ਸਮਾਨ ਜਿਹੜਾ ਮਾੜਾ ਮੋਟਾ ਵੀ ਖਰਾਬ ਸੀ ਉਹਨਾਂ ਦੇ ਸਟੈਂਡਰਡ 'ਤੇ ਨਹੀਂ ਉਤਰਦਾ ਸੀ ਅਮੈਰੀਕਨ ਸਟੈਂਡਰਡਸ 'ਤੇ, ਉਹ ਉਹਨਾਂ ਨੂੰ ਇੱਥੇ ਛੱਡ ਗਏ ਅਤੇ ਤਾਲਿਬਾਨ ਵਾਲਿਆਂ ਨੇ ਉਹ 'ਤੇ ਕਬਜ਼ਾ ਕਰ ਲਿਆ। ਰਿਪੋਰਟ ਜੀ ਆਈ ਸੀ ਵੀ 700 ਗੱਡੀਆਂ ਕਬਜ਼ੇ 'ਚ ਕਰ ਲਈਆਂ ਤਾਲਿਬਾਨ ਨੇ, ਤਾਂ ਕਰਕੇ ਇੰਨੀ ਛੇਤੀ ਕਬਜ਼ਾ ਕਰ ਰਹੇ ਨੇ ਉਹ। ਅਤੇ ਉੱਥੇ ਦੇ ਲੋਕ ਜਿਹੜੀ ਉੱਥੇ ਦੀ ਰਾਜਧਾਨੀ ਹੈ ਕਾਬੁਲ, ਉੱਥੇ ਦੇ ਪਾਸਪੋਰਟ ਦਫ਼ਤਰਾਂ 'ਚ ਭੀੜ ਲੱਗੀ ਪਈ ਆ, ਲੋਕਾਂ ਨੂੰ ਐਂ ਵੀ ਬਸ ਨਿਕਲੀਏ ਛੇਤੀ, ਬਹੁਤ ਜਾਣੀ ਹੱਥ ਚੱਕ ਲੈਂਦੇ ਨੇ ਯਾਰ ਉੱਥੇ ਦੇ। ਟੀ ਵੀ ਨਹੀਂ ਦੇਖ ਸਕਦੇ, ਵੂਮੈਨਸ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ, ਬਹੁਤ ਸਟ੍ਰਿਕਟ ਰੂਲਸ ਨੇ ਜਾਣੀ, ਬਹੁਤ ਗਲਤ ਕੰਮ ਆ। ਉਹਨਾਂ ਨੂੰ ਐਂ ਆ ਵੀ ਲੋਕਾਂ ਨੂੰ ਵੀ ਇੰਨੀ ਸਖਤਾਈ, ਇੱਥੇ ਕਬਜ਼ਾ ਹੋ ਜਾਵੇ ਤਾਲਿਬਾਨ ਦਾ ਵੀ ਇੱਥੋਂ ਨਿਕਲ ਕੇ ਭੱਜ ਲਈਏ ਅਫਗਾਨਿਸਤਾਨ ਤੋਂ। 50 ਫੈਮਿਲੀ ਸਿੱਖ ਪਰਿਵਾਰਾਂ ਦੀਆਂ ਵੀ ਨੇ ਉੱਥੇ, ਤੇ ਹਿੰਦੂ ਫੈਮਿਲੀਜ਼ ਵੀ ਰਹਿੰਦੀਆਂ ਨੇ। ਮੈਂ ਇੱਕ ਬਲੌਗਰ ਦੀ ਵੀਡੀਓ ਦੇਖੀ ਸੀਗੀ, ਉਹ 'ਚ ਦਿਖਾਇਆ ਸੀ ਉਹਨਾਂ ਨੇ ਵੀ ਕਿਵੇਂ ਇੱਕ ਗੁਰਦੁਆਰਾ ਮੇਨਟੇਨ ਕਰਦੇ ਨੇ ਉਹ, ਤੇ ਹਿੰਦੂ ਵੀਰ ਆਪਣੇ ਮੰਦਰ ਮੇਨਟੇਨ ਕਰਦੇ ਨੇ ਉੱਥੇ, ਪਾਠ ਪੂਜਾ ਕਰਦੇ ਨੇ। ਜਲੰਧਰ ਦਾ ਸੀਗਾ ਹਿੰਦੂ ਵੀਰ, ਉਹ ਜਾਣੀ ਉੱਥੇ ਸੇਵਾ ਕਰਨ ਜਾਂਦਾ ਮੰਦਰ ਦੀ, ਤੇ ਜਿਹੜੇ ਉੱਧਰ ਸਿੱਖ ਪਰਿਵਾਰ ਨੇ ਉਹਨਾਂ ਦਾ ਵੀ ਕਈਆਂ ਦਾ ਬੈਕਗ੍ਰਾਉਂਡ ਉੱਥੇ ਦਾ ਹੀ ਆ, ਕਈ ਇੰਡੀਆ ਤੋਂ ਜਾਂਦੇ ਨੇ ਸੇਵਾ ਕਰਨ। ਆਹੀ ਆ ਵੀਰੇ ਦੁਨੀਆ 'ਤੇ ਅੱਜ ਕੱਲ੍ਹ। ਬਾਕੀ ਸਬਸਕ੍ਰਾਈਬ ਵਾਲਾ ਬਟਨ ਦੱਬਣਾ ਹੋਇਆ ਦੱਬ ਦੁੱਬ ਲਿਓ, ਚੈੱਕ ਕਰ ਲਿਓ ਵੀ ਖਰਾਬ ਗੁਰੂ ਤਾਂ ਨਹੀਂ, ਉਹ ਕਿਤੇ ਅਨਸਬਸਕ੍ਰਾਈਬ ਨਾ ਕਰ ਦਿਓ। ਬਾਕੀ ਤਰਨਪ੍ਰੀਤ ਬਰਾੜ ਬਾਈ ਦਾ 38 ਰੁਪਏ ਦੀ ਪਰਚੀ ਕਟਾ ਕੇ ਮੈਂਬਰਸ਼ਿਪ ਲੈਣ ਲਈ ਬੜਾ ਬੜਾ ਧੰਨਵਾਦ ਵੀਰੇ।